ਕੁਰਾਲੀ ਸ਼ਹਿਰ ਦੇ ਨੇੜਲੇ ਪਿੰਡ ਮਹਿਰਲੀਆਂ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 50 ਸਾਲਾ ਅਧੇੜ ਉਮਰ ਦੇ ਵਿਅਕਤੀ ਵੱਲੋਂ ਇੱਕ 12 ਸਾਲ ਦੀ ਮਾਸੂਮ ਲੜਕੀ ਨਾਲ ਬਲਾਤਕਾਰ ਕਰਨ ਅਤੇ ਉਸਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਦੇ ਖਿਲਾਫ ਪਰਚਾ ਦਰਜ ਕਰ ਲਿਆ ਅਤੇ ਪੁਲਿਸ ਵੱਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਮੁਕੱਦਮਾ ਨੰਬਰ 6 ਦਰਜ ਰਜਿਸਟਰ ਹੋਇਆ, 376 ਆਕਸਫੋਰਡ ਤਹਿਤ ਮੁਕੱਦਮਾ ਦਰਜ ਹੈ ਜੀ। ਦੋਸ਼ੀ ਦੀ ਭਾਲ ਜਾ ਰਹੀ ਹੈ, ਉਹਨੂੰ ਗ੍ਰਿਫਤਾਰ ਕਰਕੇ ਸੰਬੰਧ ਤੇ ਮਤਲਬ ਪਹਿਲਾਂ ਉਹ ਕਹਿੰਦਾ ਵੀ ਮੇਰੀ ਘਰਵਾਲੀ ਅਤੇ ਬੱਚੇ ਬਾਹਰ ਗਏ ਵੇ, ਵੀ ਜੇ ਰੋਟੀ ਪਾਉਣ ਵਾਸਤੇ ਘਰ ਦੇ ਕੰਮ ਕਾਜ ਵਾਸਤੇ ਭੇਜ ਦਿਓ ਮੇਰੇ ਨਾਲ। ਇਹ ਕੁੜੀ ਲੜਕੀ ਕਹਿੰਦੀ ਵੀ ਮੇਰੇ ਨਾਲ ਵੀ ਰੇਪ ਕੀਤਾ, ਇਹਦੇ ਸੰਬੰਧੀ ਮਤਲਬ ਮੁਕੱਦਮਾ ਦਰਜ ਰਜਿਸਟਰ ਹੋਇਆ ਜੀ। ਰੇਪ ਕਰਨ ਵਾਲੀ ਉਮਰ ਕਰੀਬ 50 ਸਾਲ। ਡਾਕਟਰੀ ਰਿਪੋਰਟ 'ਚ ਹਾਲੇ ਗੈਨੀ ਦੀ ਰਿਪੋਰਟ ਹਾਲੇ ਪੈਂਡਿੰਗ ਪਈ ਹੈ, ਅਤੇ ਗੈਨੀ ਡਾਕਟਰ ਦਾ ਰਿਪੋਰਟ ਲੈਣੀ ਜੀ, ਉਹ ਪੈਂਡਿੰਗ ਪਈ ਹੈ। ਕੁਰਾਲ ਤੋਂ ਡੇਵਿਡ ਵਰਮਾ ਦੀ ਰਿਪੋਰਟ, ਚੈਨਲ 2।